जब सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ? ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ? ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ, ਵਿਦਆਊਟ ਐਕਸਰਸਾਈਜ਼, ਵਿਦਆਊਟ ਮੈਡੀਸਿਨ, ਵਿਦਆਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 ਤੋਂ 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ। ਸਿੰਗਲਾ ਸਲਿਮਿੰਗ ਕਲੀਨਿਕ। ਸੈਰ ਪੰਜਾਬ ਦੀ ਦਾ ਸਫ਼ਰ ਕੰਟੀਨਿਊ। ਤੁਸੀਂ ਆਪਣੇ ਬੱਚਿਆਂ ਨੂੰ ਵਿੰਗਸ ਦੇਣਾ ਚਾਹੁੰਦੇ ਹੋ ਤਾਂ ਕਿ ਉਹ ਆਕਾਸ਼ ਦੇ ਵਿੱਚ ਉੱਡ ਸਕਣ, ਉਸ ਤੋਂ ਪਹਿਲਾਂ ਜੀ ਉਹਨਾਂ ਨੂੰ ਪ੍ਰੋਪਰਲੀ ਐਜੂਕੇਸ਼ਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਤੇ ਇਹੀ ਪ੍ਰੋਪਰ ਐਜੂਕੇਸ਼ਨ ਦੇ ਰਿਹਾ ਜੀ ਕੰਨੇ ਦੇ NH1 ਹਾਈਵੇ ਵਿਖੇ GT ਰੋਡ 'ਤੇ ਇੱਕ ਲੋਹੀ ਪਿੰਡ ਦੇ ਵਿੱਚ ਦਿੱਲੀ ਪਬਲਿਕ ਸਕੂਲ ਖੰਨਾ। ਜੀ ਹਾਂ, ਕਿਹੋ ਜਿਹੀਆਂ ਫੈਸਿਲਿਟੀਜ਼ ਹੈ ਅਤੇ ਕਿਹੜੀਆਂ ਫੈਸਿਲਿਟੀਜ਼ ਬੱਚਿਆਂ ਨੂੰ ਜ਼ਿਆਦਾ ਪਸੰਦ ਆ ਰਹੀਆਂ ਨੇ, ਬਟ ਇਹ No. 1 ਸਕੂਲ ਕਿਉਂ ਮੰਨਿਆ ਜਾ ਰਿਹਾ, ਕੀ ਰੀਜ਼ਨ ਹੈ, ਅੰਦਰ ਚੱਲ ਕੇ ਜ਼ਰੂਰ ਦੇਖਾਂਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਪ੍ਰੋਪਰ ਸਿਕਿਉਰਿਟੀ ਦੇ ਨਾਲ ਨਾਲ ਟਰਾਂਸਪੋਰਟੇਸ਼ਨ ਦੀ ਫੈਸਿਲਿਟੀ ਵੀ ਅਵੇਲੇਬਲ ਕਰਵਾਈ ਗਈ ਹੈ ਤਾਂ ਕਿ ਦੂਰ ਦੁਰਾਡੇ ਦੇ ਬੱਚਿਆਂ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ। ਜਿਉਂ ਜਿਉਂ ਬੱਚਾ ਵੱਧਦਾ ਜਾਂਦਾ, ਉਸਦੀ ਏਜ ਵੱਧਦੀ ਜਾਂਦੀ ਹੈ ਜੀ, ਉਸਦਾ ਸਟੱਡੀ ਦਾ ਲੈਵਲ ਵੀ ਚੇਂਜ ਹੁੰਦਾ ਜਾਂਦਾ। ਦੈਟਸ ਵਾਈ ਜੀ DPS ਸਕੂਲ ਨੇ ਕੀ ਕੀਤਾ ਜੀ, 2 ਵਿੰਗਸ ਬਣਾਏ ਹੋਏ ਨੇ। ਇੱਕ ਹੈ ਪ੍ਰਾਇਮਰੀ ਵਿੰਗਸ ਜਿੱਥੇ ਛੋਟੇ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ, ਐਜੂਕੇਸ਼ਨ ਦਿੱਤੀ ਜਾਂਦੀ ਹੈ, ਅਤੇ ਦੂਸਰਾ ਹੈ ਸੈਕੰਡਰੀ ਵਿੰਗਸ। ਸਭ ਤੋਂ ਪਹਿਲਾਂ ਸੈਰ ਕਰਦੇ ਹਾਂ ਜੀ ਪ੍ਰਾਇਮਰੀ ਵਿੰਗ ਦੀ। ਪ੍ਰੈਕਟੀਕਲ ਟ੍ਰੇਨਿੰਗ ਲੈ ਰਹੇ ਹੋ, ਉਸਦੇ ਨਾਲ ਪ੍ਰੈਕਟੀਕਲ ਸਿੱਖਿਆ ਵੀ ਬਹੁਤ ਜ਼ਿਆਦਾ ਕੰਪਲਸਰੀ ਹੈ। ਦੈਟਸ ਵਾਈ ਜੀ DPS ਸਕੂਲ ਦੇ ਵਿੱਚ ਹਰੇਕ ਤਰ੍ਹਾਂ ਦੀ ਲੈਬ ਸਟੂਡੈਂਟ ਨੂੰ ਪ੍ਰੋਵਾਈਡ ਕਰਵਾਈ ਗਈ ਹੈ। ਫਿਲਹਾਲ ਜੀ ਮੈਂ ਕੰਪਿਊਟਰ ਲੈਬ ਦੇ ਵਿੱਚ ਖੜੀ ਹਾਂ, ਇਸ ਤੋਂ ਬਾਅਦ ਤੁਸੀਂ ਨਜ਼ਰ ਮਾਰੋ ਬਾਇਓ ਲੈਬ, ਸਾਇੰਸ ਲੈਬ ਅਤੇ ਨਾਲ ਦੀ ਨਾਲ ਜੀ ਹੋਰ ਕਿਹੜੀਆਂ ਫੈਸਿਲਿਟੀਜ਼ ਹੈ ਉਹਨਾਂ 'ਤੇ ਵੀ ਨਜ਼ਰ ਬਣਦੀ ਜ਼ਰੂਰ ਹੈ। ਇਨਡੋਰ ਦੇ ਨਾਲ ਨਾਲ ਆਊਟਡੋਰ ਗੇਮਸ 'ਤੇ ਵੀ ਪੂਰਾ ਇਹਨਾਂ ਨੇ ਫੋਕਸ ਕੀਤਾ ਹੋਇਆ ਤਾਂ ਕਿ ਬੱਚਿਆਂ 'ਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆ ਜਾਵੇ। ਅਤੇ ਹਰੇਕ ਫੈਸਿਲਿਟੀ ਜੀ DPS ਯਾਨੀ ਕਿ ਦਿੱਲੀ ਪਬਲਿਕ ਸਕੂਲ ਵੱਲੋਂ ਖੰਨੇ ਵਿਖੇ ਪ੍ਰੋਵਾਈਡ ਕਰਵਾਈ ਜਾ ਰਹੀ ਹੈ। ਮਾਰੋ ਇੱਕ ਨਜ਼ਰ।
ਸਵੇਰੇ ਇੱਕ ਛੋਟੀ ਜਿਹੀ ਮੁਲਾਕਾਤ ਜੀ ਦਿੱਲੀ ਪਬਲਿਕ ਸਕੂਲ ਖੰਨਾ ਦੇ ਪ੍ਰਿੰਸੀਪਲ ਸ਼ੁਭ ਮੁਖਰਜੀ ਦੇ ਨਾਲ ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ ਅਤੇ ਜਾਣਦੇ ਹਾਂ ਜੀ ਕਦੋਂ ਸਕੂਲ ਸਟਾਰਟ ਕੀਤਾ ਗਿਆ ਅਤੇ ਕਿਹੜੀਆਂ ਫੈਸਿਲਿਟੀਜ਼ ਹੋਰ ਨੇ ਸਕੂਲ ਦੇ ਵਿੱਚ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਸਰ। ਟੈਲ ਮੀ ਸਮਥਿੰਗ ਅਬਾਊਟ ਯੂਅਰ ਸਕੂਲ ਕਿ ਕਦੋਂ ਸਟਾਰਟ ਕੀਤਾ ਗਿਆ। ਡੀ ਪੀ ਐਸ ਖੰਨਾ ਸਟਾਰਟਡ ਔਨ 11th ਆਫ ਅਪ੍ਰੈਲ 2011. In the very first year when the building was also not built properly, we had 450 students. It is remarkable as far as this area is concerned. And from there onwards, every single day we grew, every single day we improved, and every single day we fulfilled the requirements of the children and their dreams. ਸਰ ਕਿਹੜੀਆਂ ਕਿਹੜੀਆਂ ਫੈਸਿਲਿਟੀਜ਼ ਆ ਜਿਹੜੀਆਂ ਤੁਹਾਡੇ ਸਕੂਲ ਦੇ ਵਿੱਚ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਜੀ, ਜਿਸ ਦੀ ਤੁਹਾਨੂੰ ਲੱਗਦਾ ਕਿ ਸਕੂਲ ਦੇ ਵਿੱਚ ਲੋੜ ਹੁੰਦੀ ਹੈ, ਨੀਡ ਹੁੰਦੀ ਹੈ ਸਟੂਡੈਂਟ ਨੂੰ? ਐਸ ਫਾਰ ਐਸ ਫੈਸਿਲਿਟੀਜ਼ ਆਰ ਕੰਸਰਨ, ਦੇਰ ਇਜ਼ ਹਾਰਡਲੀ ਐਨੀਥਿੰਗ ਦੈਟ ਐਨੀ ਸਕੂਲ ਐਨੀਵੇਅਰ ਇਨ ਦਿਸ ਕੰਟਰੀ ਪ੍ਰੋਵਾਈਡਸ ਐਂਡ ਵੀ ਡੂ ਨਾਟ ਪ੍ਰੋਵਾਈਡ। ਵੀ ਆਰ ਅ ਕੰਪਲੀਟ 100% ਏਸੀ ਸਕੂਲ, ਏਅਰ ਕੰਡੀਸ਼ਨ ਸਕੂਲ, ਨੰਬਰ 1. Our teachers are not only trained by CBSE, but also they are trained fully and completely, and a year-long training goes on by the DPS society. Whether it is pre-primary, primary, middle school or senior school, all teachers are trained regularly. Even right now as I'm speaking to you, our teachers are in DPS society taking trainings. Apart from this, we have smart boards in our school which are randomly used every single period. The smart board room is never vacant. Every period children come and use that, number one. Next, we have horse riding, we have swimming, which I don't think many schools in this area provide such facility. We have golf. Our golf students are doing excellently well. Some of them are going to international arena to perform. We have lawn tennis. Apart from this, our regular activities are football, cricket, and all the possible other games, indoor games, billiards, pool, everything is. So darshako, ithe assi DPS te school da principal Shubh Mukherjee naal gal baat kiti ji. Unhan dassya ki shayad duniya da koi is tarah da school hoega jithe idhan diyan facilities dittiyan ja rahiyan jehdi ki DPS Khanna vikhe nahi dittiyan ja rahiyan ji. Jivein ki assi dekhiya, horse riding ho gayi ji, lawn tennis ho gayi, cricket ho gayi, football ho gayi, volleyball, har ek tarah di sport is school de vich karwai ja rahi hai. Teachers well qualified, well educated ne. That's why ji mera award ja rahiya ji DPS ਖੰਨਾ ਨੂੰ। ਬਹੁਤ ਹੀ ਬਿਹਤਰੀਨ ਅਤੇ ਖੂਬਸੂਰਤ ਜਗ੍ਹਾ 'ਤੇ ਪ੍ਰਿੰਕਾ ਪਹੁੰਚੀ ਹੈ ਜੀ। ਮੈਂ ਪਹੁੰਚੀ ਹਾਂ ਜੀ ਬੁਲੇਪੁਰ ਰੋਡ ਨੈਸ਼ਨਲ ਹਾਈਵੇ 1 ਖੰਨਾ ਵਿਖੇ, ਜਿੱਥੇ ਮੈਂ ਐਂਟਰੀ ਕਰਨ ਲੱਗੀ ਹਾਂ ਜੀ ਐਲੀਗੈਂਸ ਰੈਸਟੋਰੈਂਟ ਐਂਡ ਬੈਂਕਟ ਹਾਲ ਦੇ ਵਿੱਚ। ਕਿਹੋ ਜਿਹੀ ਸੈਲੀਬ੍ਰੇਸ਼ਨ ਇਹ ਦੇ ਰਿਹਾ ਅਤੇ ਕਿਹੋ ਜਿਹਾ ਡਿਸ਼ਿਜ਼ ਰੈਸਟੋਰੈਂਟ ਦੇ ਵਿੱਚ ਹੈ ਅਤੇ ਟੇਸਟ ਕਿਹੋ ਜਿਹਾ, ਇੱਕ ਵਾਰੀ ਅੰਦਰ ਚੱਲ ਕੇ ਦੇਖਦੇ ਹਾਂ ਅਤੇ ਟੇਸਟ ਕਰਦੇ ਹਾਂ ਰੈਸਟੋਰੈਂਟ ਦਾ ਖਾਣਾ। ਛੋਟਾ ਸਸਪੈਂਸ ਮੈਂ ਤੁਹਾਡਾ ਕਲੀਅਰ ਕਰਦਾ ਜੀ। ਐਲੀਗੈਂਸ ਤੁਹਾਨੂੰ ਇੰਟਰੋਡਿਊਸ ਕਰਵਾ ਰਿਹਾ 3 ਬਿਗੈਸਟ ਹਾਲਸ। 1 ਇਜ਼ ਅ ਬਾਲ ਰੂਮ ਐਂਡ 2nd ਇਜ਼ ਅ ਜੰਨਤ ਐਂਡ ਦ ਲਾਸਟ 1 ਜਿੱਥੇ ਮੈਂ ਖੜੀ ਹਾਂ ਬਿਗੈਸਟ 1 ਹੈਗਾ ਜੀ ਦਰਪਨ ਬੈਂਕਟ ਹਾਲ, ਜਿੱਥੇ ਗੈਦਰਿੰਗ 150 to 200 ਆਲਮੋਸਟ ਨੀਅਰ ਅਬਾਊਟ ਪਰਸਨ ਦੀ ਹੋ ਸਕਦੀ ਹੈ। ਜੇਕਰ ਮੈਂ ਕੈਟਰਿੰਗ ਦੀ ਗੱਲ ਕਰਾਂ, ਤੁਹਾਨੂੰ ਕੈਟਰਿੰਗ ਦੀ ਟੈਨਸ਼ਨ ਲੈਣ ਦੀ ਬਿਲਕੁਲ ਵੀ ਲੋੜ ਨਹੀਂ। ਤੁਸੀਂ ਦੇਖ ਸਕਦੇ ਹੋ ਕਿ ਕੈਟਰਿੰਗ ਦੀ ਫੈਸਿਲਿਟੀ ਵੀ ਤੁਹਾਨੂੰ ਖੁਦ ਇੱਥੇ ਪ੍ਰੋਵਾਈਡ ਕਰਵਾਈ ਗਈ ਹੈ। ਇਵਨ ਦੋ ਕਿ ਕੈਟਰਿੰਗ ਤੋਂ ਬਾਅਦ ਅਸੀਂ ਨੱਚਣਾ, ਪੰਜਾਬੀ ਨੱਚਣਾ ਟੱਪਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਇਸ ਨੂੰ ਲੈ ਕੇ ਜੀ ਦਰਪਣ ਬੈਂਕਟ ਹਾਲ ਦੇ ਵਿੱਚ ਤੁਹਾਨੂੰ ਡਾਂਸ ਅਤੇ ਡੀਜੇ ਦਾ ਪੂਰਾ ਅਰੇਂਜਮੈਂਟ ਕਰਕੇ ਦਿੱਤਾ ਜਾਵੇਗਾ। ਖੁਸ਼ੀ ਦੀ ਓਕੇਸ਼ਨ ਨੂੰ ਤੁਸੀਂ ਸੈਲੀਬ੍ਰੇਟ ਕਰਨਾ ਹੋਵੇ, ਸਭ ਤੋਂ ਜ਼ਿਆਦਾ ਮੇਨ ਕੰਮ ਹੁੰਦਾ ਜੀ ਡੈਕੋਰੇਸ਼ਨ ਦਾ। ਮੈਨੂੰ ਡੈਕੋਰੇਸ਼ਨ ਬਹੁਤ ਹੀ ਜ਼ਿਆਦਾ ਖੂਬਸੂਰਤ ਚਾਹੀਦੇ ਆ, ਲੇਡੀਜ਼ ਜ਼ਿਆਦਾ ਉਸ ਚੀਜ਼ ਨੂੰ ਲੈ ਕੇ ਕੌਨਸ਼ੀਅਸ ਹੁੰਦੀਆਂ ਨੇ। ਬਟ ਜਦੋਂ ਤੁਸੀਂ ਦਰਪਣ ਬੈਂਕਟ ਹਾਲ ਯਾਨੀ ਕਿ
ਐਲੀਗੈਂਸ ਦੇ ਬਿਗੈਸਟ ਹਾਲ ਦੇ ਵਿੱਚ ਆ ਜਾਂਦੇ ਹੋ, ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਜਾਂ ਟੈਨਸ਼ਨ ਲੈਣ ਦੀ ਲੋੜ ਨਹੀਂ, ਬਿਕੋਜ਼ ਡੈਕੋਰੇਸ਼ਨ ਵੀ ਇਹਨਾਂ ਦੀ ਅਵਨੀਅਤ ਦੇ ਨਾਲ ਦੀ ਨਾਲ। ਜੇਕਰ ਤੁਸੀਂ ਆਪਣੀ ਗੈਦਰਿੰਗ ਨੂੰ ਜ਼ਿਆਦਾ ਵਧਾਉਣਾ ਚਾਹੁੰਦੇ ਹੋ, 350-400 ਤੱਕ ਕਰਨਾ ਚਾਹੁੰਦੇ ਹੋ, ਤਾਂ ਬੇਹੱਦ ਹੀ ਖੂਬਸੂਰਤ ਲੌਂਟ ਜੋ ਕਿ ਬਾਹਰ ਹੈ ਤੁਹਾਨੂੰ ਓਪਨ ਦੇ ਵਿੱਚ ਪ੍ਰੋਵਾਈਡ ਕਰਵਾਇਆ ਜਾਵੇਗਾ। ਲੋ ਜੀ ਫਰੈਂਡਸ, ਹੁਣ ਤੁਸੀਂ ਇੱਕ ਨਜ਼ਰ ਮਾਰੀ ਲਈ ਦਰਪਨ ਬੈਂਕਟ ਹਾਲ 'ਤੇ, ਬਟ ਨੈਕਸਟ ਸਟੈਪ ਹੈ ਮੇਰਾ ਜੀ ਬਾਲ ਰੂਮ, ਜੋ ਕਿ ਐਲੀਗੈਂਸ ਰੈਸਟੋਰੈਂਟ ਅਤੇ ਬੈਂਕਟ ਹਾਲ ਦਾ ਇੱਕ ਹਿੱਸਾ ਹੈ। ਚਲੋ ਜੀ ਬਾਲ ਰੂਮ ਦੇ ਵਿੱਚ। ਸੋ ਫਰੈਂਡ, ਦਿਸ ਇਜ਼ ਅ ਬਾਲ ਰੂਮ, ਜੀ ਹਾਂ, ਜਿੱਥੇ ਤੁਸੀਂ ਆਪਣੀ ਛੋਟੀ ਮੋਟੀ ਓਕੇਸ਼ਨ ਜਿਵੇਂ ਕਿ ਕਿਸੇ ਦਾ ਬਰਥਡੇ ਹੁੰਦਾ ਜਾਂ ਫਿਰ ਲੇਡੀਜ਼ ਨੂੰ ਕਿੱਟੀ ਦਾ ਬਹੁਤ ਜ਼ਿਆਦਾ ਸ਼ੌਂਕ ਹੁੰਦਾ, ਆਪਣੀ ਕਿੱਟੀ ਪਾਰਟੀਜ਼ ਅਤੇ ਨਾਲ ਦੀ ਨਾਲ ਰਿੰਗ ਸੈਰਾਮਨੀ ਤੱਕ ਸੈਲੀਬ੍ਰੇਟ ਕਰ ਸਕਦੇ ਹੋ ਵਿਦ ਅ ਗੈਦਰਿੰਗ ਆਫ 15 ਪਰਸਨ ਨਾ, ਤੁਸੀਂ ਹਰੇਕ ਚੀਜ਼ ਦੀ ਜਿਹੜੀ ਆਪਸ਼ਨ ਅਤੇ ਫੈਸਿਲਿਟੀ ਬੈਂਕਟ ਹਾਲ ਦੇ ਵਿੱਚ ਦਿੱਤੀ ਗਈ ਸੀ, ਸੇਮ ਫੈਸਿਲਿਟੀਜ਼ ਤੁਹਾਨੂੰ ਬਾਲ ਰੂਮ ਦੇ ਵਿੱਚ ਵੀ ਦਿੱਤੀਆਂ ਜਾਣਗੀਆਂ। ਬਿਹਤਰੀਨ ਇਨਫਰਾਸਟਰਕਚਰ ਐਲੀਗੈਂਸ ਨੇ ਤੁਹਾਨੂੰ ਪ੍ਰੋਵਾਈਡ ਕਰਵਾਇਆ। ਜੀ ਹਾਂ, ਤੁਸੀਂ ਡਿਫਰੈਂਟ ਗੈਦਰਿੰਗ ਦੇ ਨਾਲ ਇਹਨਾਂ ਦੇ ਹਾਲਸ ਦੀ ਜਿਹੜੀ ਕਿ ਸੇਵਾ ਉਹ ਲੈ ਸਕਦੇ ਹੋ। ਨਾਲ ਦੀ ਨਾਲ ਜੇਕਰ ਤੁਸੀਂ ਆਪਣਾ ਲੰਚ, ਆਪਣਾ ਡਿਨਰ ਜਾਂ ਆਪਣਾ ਬ੍ਰੇਕਫਾਸਟ ਇਹਨਾਂ ਦੇ ਰੈਸਟੋਰੈਂਟ ਦੇ ਵਿੱਚ ਟਰਾਈ ਕਰਨਾ ਚਾਹੁੰਦੇ ਹੋ ਜੋ ਕਿ ਬਿਹਤਰੀਨ ਸ਼ੈਫਸ ਵੱਲੋਂ ਬਣਾਇਆ ਗਿਆ, ਫਿਰ ਤੁਸੀਂ ਆ ਸਕਦੇ ਹੋ ਕਲਾਸੀਕੋ ਰੈਸਟੋਰੈਂਟ। ਮੈਂ ਵੀ ਜਾ ਰਹੀ ਹਾਂ ਜੀ ਕਲਾਸੀਕੋ ਦੇ ਵਿੱਚ। ਸੋ ਫਰੈਂਡਸ, ਕਲਾਸੀਕੋ ਰੈਸਟੋਰੈਂਟ ਦੇ ਵਿੱਚ ਮੈਂ ਐਂਟਰ ਕੀਤੀ ਜੀ, ਸਭ ਤੋਂ ਪਹਿਲਾਂ ਮੈਂ ਇਹਨਾਂ ਦੇ ਸਨੈਕਸ ਟਰਾਈ ਕਰਨ ਲੱਗਿਆ, ਜਿਸ ਦੇ ਵਿੱਚ ਮੈਂ ਔਡਰ ਕੀਤਾ ਮਸ਼ਰੂਮ ਟਿੱਕਾ, ਚੀਜ਼ ਚਿੱਲੀ ਐਂਡ ਚੀਜ਼ ਰੋਲਸ। ਜੀ ਹਾਂ, ਚੀਜ਼ ਮੇਰੀ ਬਹੁਤ ਜ਼ਿਆਦਾ ਫੇਵਰੇਟ ਹੈ, ਦੇਖਦੇ ਹਾਂ ਨਾ ਚੀਜ਼ ਦਾ ਟੇਸਟ ਕਿਹੋ ਜਿਹਾ, ਅਤੇ ਵੈਜੀਟੇਬਲਸ ਕਿੰਨੇ ਕੁ ਜ਼ਿਆਦਾ ਫਰੈਸ਼ ਨੇ। ਵਾਕੇ ਅਲਟੀਮੇਟ ਟੇਸਟ ਹੈ। ਜੇਕਰ ਤੁਸੀਂ ਵੀ ਫ੍ਰੀ ਹੋ, ਜੇ ਆਪਣੀ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਜਾਂ ਕੋਈ ਓਕੇਸ਼ਨ ਸੈਲੀਬ੍ਰੇਟ ਕਰਨਾ ਚਾਹੁੰਦੇ ਹੋ, ਤਾਂ ਮੈਨੂੰ ਲੱਗਦਾ ਕਿ ਐਲੀਗੈਂਸ ਤੁਹਾਡੀ ਬੈਸਟ ਆਪਸ਼ਨ ਹੈ। ਇਹਨਾਂ ਦੇ ਕੇਟਰਿੰਗ ਵੀ ਆਪਣੀ ਹੈ, ਡੀਜੇ ਸਿਸਟਮ ਜਿਵੇਂ ਦੱਸਿਆ ਉਹ ਵੀ, ਸਭ ਕੁਝ ਇਹਨਾਂ ਦਾ ਆਪਣਾ ਹੀ, ਤੁਹਾਨੂੰ ਕਿਸੇ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਪਵੇਗੀ। ਸੋ ਫਰੈਂਡ, ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਰੇਕ ਫੂਡ ਨੂੰ ਕਿਸ ਤਰ੍ਹਾਂ ਗਾਰਨਿਸ਼ ਕੀਤਾ ਗਿਆ, ਕਿਸ ਤਰ੍ਹਾਂ ਡੈਕੋਰੇਟ ਕੀਤਾ ਗਿਆ। ਜੀ ਹਾਂ, ਮੈਨੂੰ ਲੱਗਦਾ ਕਿ ਇਹਨਾਂ ਜਿਹੜੇ ਸ਼ੈਫ ਆ ਬਹੁਤ ਜ਼ਿਆਦਾ ਪ੍ਰੋਫੈਸ਼ਨਲ ਹੀ ਨੇ। ਨਾਲ ਦੀ ਨਾਲ ਹੁਣ ਮੈਂ ਮੇਨ ਕੋਰਸ 'ਤੇ ਆ ਜਾਂਦੀ ਹਾਂ। ਮੇਨ ਕੋਰਸ ਦੇ ਵਿੱਚ ਮੈਂ ਪਨੀਰ ਲਬਾਬਦਾਰ, ਮੁਰਗਰਾੜਾ ਅਤੇ ਨਾਲ ਦੀ ਨਾਲ ਯੈਲੋ ਦਾਲ ਤੜਕਾ ਮੰਗਾਈਏ, ਜੋ ਕਿ ਐਲੀਗੈਂਸ ਰੈਸਟੋਰੈਂਟ ਵੀ ਬਹੁਤ ਜ਼ਿਆਦਾ ਫੇਮਸ ਹੈ। ਲੈਟਸ ਟਰਾਈ ਕਿ ਕਿਹੋ ਜਿਹਾ ਟੇਸਟ ਦੇ ਰਿਹਾ ਜੀ ਮੇਨ ਕੋਰਸ ਦੇ ਵਿੱਚ। ਅਲਟੀਮੇਟ ਦਾਲ ਤੜਕਾ ਜੀ, ਮੈਨੂੰ ਤਾਂ ਦਾਲ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਰੈਸਟੋਰੈਂਟ ਦੀ। ਬਟ ਇੱਕ ਗੱਲ ਦੱਸਾਂ, ਜੇਕਰ ਤੁਸੀਂ ਅਲਟੀਮੇਟ ਖਾਣਾ ਖਾਣਾ ਹੋਵੇ ਜੋ ਕਿ ਪ੍ਰੋਫੈਸ਼ਨਲ ਸ਼ੈਫ ਦੁਆਰਾ ਬਣਾਇਆ ਗਿਆ ਹੋਵੇ, ਤੁਸੀਂ ਆ ਸਕਦੇ ਹੋ ਐਲੀਗੈਂਸ ਰੈਸਟੋਰੈਂਟ ਦੇ ਵਿੱਚ। ਵਿੱਚ ਤਾਂ ਵਿੱਚ ਜੀ, ਇਹਨਾਂ ਦੇ ਨੌਨ ਵੇਜ ਦਾ ਵੀ ਬਹੁਤ ਹੀ ਵੱਖਰਾ ਸਵਾਦ ਹੈ, ਜਿਸ ਦੇ ਵਿੱਚ ਅੱਜ ਮੈਂ ਮੁਰਗਰਾੜਾ ਟਰਾਈ ਕੀਤਾ, ਬਿਲਕੁਲ ਬੋਨਲੈਸ ਹੈ ਜੀ ਔਰ ਬਹੁਤ ਹੀ ਬਿਹਤਰੀਨ ਤਰੀਕੇ ਦੇ ਨਾਲ ਬਣਾਇਆ ਗਿਆ। ਬਟ ਜੇਕਰ ਤੁਸੀਂ ਇਹਦੇ ਮੌਕਟੇਲ ਵੀ ਟਰਾਈ ਕਰਨਾ ਚਾਹੁੰਦੇ ਹੋ, ਤਾਂ ਟਰਾਈ ਕਰ ਸਕਦੇ ਹੋ ਜੀ ਫਰੂਟ ਪੰਚ, ਇਸ ਤੋਂ ਬਾਅਦ ਸਮਰ ਕੂਲਰ, ਐਲੀਗੈਂਸ ਸਪੈਸ਼ਲ ਮੌਕਟੇਲ ਅਤੇ ਨਾਲ ਦੀ ਨਾਲ ਜੀ ਮਿੰਟ ਸਪੈਸ਼ਲ ਮੌਕਟੇਲ। ਸੋ ਫਰੈਂਡਸ, ਐਲੀਗੈਂਸ ਰੈਸਟੋਰੈਂਟ ਐਂਡ ਬੈਂਕਟ ਹਾਲ ਦੀ ਜਨਰਲ ਮੈਨੇਜ ਪਲਵਿੰਦਰ ਜੀ ਮੇਰੇ ਨਾਲ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਬਲਵਿੰਦਰ ਜੀ, ਸਭ ਤੋਂ ਪਹਿਲਾਂ ਜੀ ਮੈਨੂੰ ਐਲੀਗੈਂਸ ਬਾਰੇ ਦੱਸੋ, ਕਦੋਂ ਸਟਾਰਟ ਕੀਤਾ ਗਿਆ ਸੀ ਖੰਨੇ ਵਿਖੇ? ਐਲੀਗੈਂਸ ਮੈਮ ਆਪਣੇ 2.5 ਈਅਰ ਹੋ ਗਏ, ਅਕਤੂਬਰ ਮੇਂ 3 ਈਅਰ ਕੰਪਲੀਟ ਹੋ ਜਾਏਂਗੇ ਇਸਕੇ। ਇਹਨਾਂ ਬਿਹਤਰੀਨ ਫੂਡ ਜੋ ਕਿ ਮੈਂ ਟਰਾਈ ਕੀਤਾ ਅਲਟੀਮੇਟ ਸੀ ਜੀ, ਕਿਸ ਤਰ੍ਹਾਂ ਰੈਡੀ ਕਰਵਾਉਂਦੇ ਹੋ ਅਤੇ ਸਟਾਫ ਕਿੰਨਾ ਕੁ ਜ਼ਿਆਦਾ ਪ੍ਰੋਫੈਸ਼ਨਲ ਹੈ? ਸਟਾਫ ਸਾਰਾ ਮੈਮ ਵੈਲ ਟ੍ਰੇਨਡ ਸਟਾਫ ਹੈ, ਪ੍ਰੋਫੈਸ਼ਨਲ ਸਟਾਫ ਹੈ ਸਾਰਾ, ਬੈਕਗ੍ਰਾਉਂਡ ਅੱਛੇ, 5-star ਹੋਟਲਸ ਮੇਂ ਵਰਕ ਕੀਆ ਹੋਇਆ, ਐਕਸਪੀਰੀਅੰਸ ਸ਼ੈਫਸ ਹੈ ਸਾਰੇ। ਸੋ ਐਲੀਗੈਂਸ ਦੇ ਅੰਡਰ ਕੀ ਕੀ ਆ ਰਿਹਾ? ਐਲੀਗੈਂਸ ਕੇ ਅੰਡਰ ਮੈਮ ਆਪਣਾ 3 ਬੈਂਕਟਸ ਹਾਲ ਹੈ, 1 ਮਲਟੀ ਕਿਊਜ਼ਨ ਰੈਸਟੋਰੈਂਟ ਹੈ, ਫਾਈਨ ਡਾਈਨਿੰਗ ਰੈਸਟੋਰੈਂਟ ਹੈ, ਔਰ ਇੱਕ ਔਰ ਜੂਨੀਅਰ ਹਮਾਰੇ ਸਾਥ ਐਡ ਹੋ ਗਿਆ, ਸਤਕਾਰ ਰਿਜ਼ੋਰਟਸ, ਜਹਾਂ ਪੇ 2000 ਸੇ ਲੈ ਕੇ 2500 ਤੱਕ ਕੀ ਗੈਦਰਿੰਗ ਈਜ਼ੀਲੀ ਕਰ ਸਕਤੇ ਹੈ, ਵਹਾਂ ਪੇ ਵੀ ਸੇਮ ਕੁਆਲਿਟੀ, ਸੇਮ ਐਕਸਪੀਰੀਅੰਸ ਰਹੇਗਾ ਗੈਸਟ ਕੇ ਲੀਏ, ਅੱਛਾ ਬੈਟਰ ਸੇ ਬੈਟਰ ਰਹੇਗਾ ਵਹਾਂ ਪੇ ਐਕਸਪੀਰੀਅੰਸ। ਥੈਂਕ ਯੂ ਸਰ। ਥੈਂਕ ਯੂ ਮੈਮ। ਫਿਲਹਾਲ ਸੈਰ ਪੰਜਾਬ ਦੀ ਦਾ ਸਫ਼ਰ ਕੰਟੀਨਿਊ ਕਰਾਂਗੀ ਮੈਂ ਇਹਨਾਂ ਨੂੰ ਅਵਾਰਡ ਦੇਣ ਤੋਂ ਬਾਅਦ। Thank you.
सेहत की बात होगी तो पुखराज एलोवेरा से शुरुआत होगी। शुद्ध एलोवेरा से बना पुखराज एलोवेरा जूस जो इम्यूनिटी बढ़ाए और आपको रखे फिट। मिल गया ना अच्छी सेहत का राज पुखराज। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਜ਼ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਜ਼ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਜ਼ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ? ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ? ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ, ਵਿਦਆਊਟ ਐਕਸਰਸਾਈਜ਼, ਵਿਦਆਊਟ ਮੈਡੀਸਿਨ, ਵਿਦਆਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 to 12 ਕਿਲੋ ਘਟਾਓ ਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ। ਸਿੰਗਲਾ ਸਲਿਮਿੰਗ ਕਲੀਨਿਕ। ਛੋਟੀ ਜਿਹੀ ਗੱਲਬਾਤ ਦੇ ਦੌਰਾਨ ਮੈਨੂੰ ਪਤਾ ਲੱਗਿਆ ਜੀ ਇਹਨਾਂ ਦੀ ਕਲਾਸਿਸ ਕੁਝ ਗਰਾਊਂਡ ਫਲੋਰ ਤੇ ਨੇ, ਕੁਝ ਫਸਟ ਫਲੋਰ ਨੇ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ ਇੱਥੋਂ ਰਿਜ਼ਲਟ ਤੁਸੀਂ ਦੇਖ ਸਕਦੇ ਹੋ ਕਿ ਇਹ ਨਹੀਂ ਬੋਲਦੇ ਜੀ ਨਵਨੀਤ ਮਾਇੰਡ ਮੇਕਰ ਦਾ ਰਿਜ਼ਲਟ ਬੋਲਦਾ, ਜੋ ਕਿ ਬੈਸਟ ਹੈ ਜੀ ਟਾਊਨ ਦੇ ਵਿੱਚ। ਸਕਿਟ ਤੁਹਾਡੇ ਮਾਇੰਡ ਦੇ ਵਿੱਚ ਆਲਸ ਨਾਲ ਰਿਲੇਟਡ, ਵੀਜ਼ਾ ਰਿਲੇਟਡ ਕੋਈ ਵੀ ਕੁਐਸਚਨਸ ਨੇ ਜਿਹੜੇ ਕਿ ਤੁਹਾਨੂੰ ਪਰੇਸ਼ਾਨ ਕਰ ਰਹੇ ਨੇ, ਜਿਹਨਾਂ ਦੇ ਆਨਸਰ ਨਹੀਂ ਮਿਲ ਰਹੇ, ਤਾਂ ਤੁਸੀਂ ਨਵਨੀਤ ਮਾਇੰਡ ਮੇਕਰ ਦੀ ਕਾਊਂਸਲਿੰਗ ਡਿਪਾਰਟਮੈਂਟ ਦੇ ਵਿੱਚ ਆ ਸਕਦੇ ਹੋ। ਆਪਣੇ ਵੀਜ਼ਾ ਨਾਲ ਰਿਲੇਟਡ ਇਨਕੁਆਇਰੀਜ਼, ਡਾਕੂਮੈਂਟੇਸ਼ਨ ਦਿਖਾ ਸਕਦੇ ਹੋ। ਕਿਸੇ ਤਰ੍ਹਾਂ ਦੀ ਵੀ ਕੋਈ ਕੁਐਰੀ, ਕਿਹੜੀ ਕੰਟਰੀ ਦੇ ਵਿੱਚ ਜਾਣਾ, ਕੈਨੇਡਾ ਚੂਜ਼ ਕਰਨੀ, ਆਸਟ੍ਰੇਲੀਆ ਚੂਜ਼ ਕਰਨੀ ਹੈ, ਕਿੰਨੇ ਬੈਂਡ ਚਾਹੀਦੇ ਨੇ ਅਤੇ ਆਲਸ ਦੀ ਪ੍ਰਿਪਰੇਸ਼ਨ ਕਿਵੇਂ ਹੋ ਸਕਦੀ ਹੈ, ਬੈਸਟ ਕੁਐਰੀ ਅਤੇ ਬੈਸਟ ਆਨਸਰ ਸਾਨੂੰ ਇਸੇ ਸੈਕਸ਼ਨ ਦੇ ਵਿੱਚ ਦਿੱਤੇ ਜਾਣਗੇ। ਹਰੇਕ ਸਟੂਡੈਂਟ ਦੇ ਕੋਲ ਰੀਜ਼ਨ ਹੁੰਦਾ ਜੀ ਉਸਨੇ ਡਾਕਟਰ ਕਿਉਂ ਬਣਨਾ, ਉਸਨੇ ਟੀਚਰ ਕਿਉਂ ਬਣਨਾ, ਜਾਂ ਉਸਨੇ ਇੰਜੀਨੀਅਰ ਕਿਉਂ ਬਣਨਾ। ਸੋ ਇਸ ਤਰ੍ਹਾਂ ਹੀ ਇੰਨੇ ਸਾਰੇ ਸਟੂਡੈਂਟਸ ਨੇ ਉਹਨਾਂ ਤੋਂ ਜਾਣਾਂਗੇ ਨਵਨੀਤ ਮਾਇੰਡ ਮੇਕਰ ਨੂੰ ਜੁਆਇਨ ਕਰਨ ਦਾ ਉਹਨਾਂ ਦੇ ਕੋਲ ਕੀ ਰੀਜ਼ਨ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਨਾਮ? ਮੈਂ ਤਨਵੀਰ ਸਿੰਘ। ਓਕੇ ਤਨਵੀਰ ਜੀ, ਤੁਸੀਂ ਮਤਲਬ ਕਿਉਂ ਜੁਆਇਨ ਕੀਤਾ ਨਵਨੀਤ ਮਾਇੰਡ ਮੇਕਰ? ਆਈ ਰੀਅਲੀ ਫਾਈਂਡ ਦੀ ਇਨਵਾਇਰਨਮੈਂਟ ਆਫ ਦਿਸ ਇੰਸਟੀਟਿਊਟ ਵੈਰੀ ਕੰਫਰਟੇਬਲ ਐਂਡ ਫਰੈਂਡਲੀ, ਐਸ ਇਟ ਅਲਾਊਸ ਮੀ ਟੂ ਰੀਚ ਮਾਈ ਮੈਕਸਿਮਮ ਪੋਟੈਂਸ਼ੀਅਲ and the teaching method is also very good. Okay, kedi country jana chahne ho? I want to go to Canada. Okay, Canada wal kinne bands require hai ki koi thodi counseling lai si itho di? Ma'am, yes, it's general 6 band required overall and 6 in each. Okay, kedi field de vich jana chahne ho? I have done my non-medical in plus 2, so I want to pursue engineering in my future. Thank you ji. So ma'am, jekar main teachers bare gal karan, teacher staff keho je lagda ji thanu? Teachers are very good, they are very helpful and they cooperative. Okay, what about the atmosphere and environment? Atmosphere of this institute is very good, as we can easily cooperate with others and we can solve our problems in a few seconds. So sab to zyada problem tanu kede module de vich aundi hai? Actually we get problem in writing modules because it's a really difficult module, because we have to enhance our ideas and we have to write everything with the help of the depicted diagrams. So and teachers kive thanu tips dende hai ki matlab apne is module da vich inne bands lane kive suggest karde hai? Teachers really help us because they support us and they tell the tips and the tricks for solving this module, and by their help we can easily score good bands in this module. Thank you. ਸੁਦੇਸ਼ ਕਹਿੰਦੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਜੀ ਉਹਨਾਂ ਨੇ ਨਵਨੀਤ ਮਾਇੰਡ ਮੇਕਰ ਕਿਉਂ ਚੂਜ਼ ਕੀਤਾ, ਉਹਨਾਂ ਨੇ ਆਪਣਾ ਇੱਕ ਰੀਜ਼ਨ ਵੀ ਰੱਖਿਆ ਅਤੇ ਟੀਚਰਸ ਬਾਰੇ ਵੀ ਦੱਸਿਆ ਕਿ ਬਹੁਤ ਹੀ ਜ਼ਿਆਦਾ ਵੈਲ ਕੁਆਲੀਫਾਈਡ ਸਟਾਫ ਹੈ ਜਿਹੜਾ ਕਿ ਨਵਨੀਤ ਮਾਇੰਡ ਮੇਕਰ ਕੋਲ ਹੈ। ਦੈਟਸ ਵਾਈ ਮੈਨੂੰ ਲੱਗਦਾ ਕਿ ਖੰਨੇ ਵਿਖੇ ਨਵਨੀਤ ਮਾਇੰਡ ਮੇਕਰ ਨੇ ਆਪਣੀ ਇੱਕ ਵੱਖਰੀ ਪਹਿਚਾਣ ਬਣਾਈ ਹੋਈ ਹੈ।
ਜਿਵੇਂ ਹਰੇਕ ਸਟੂਡੈਂਟ ਨੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕਿ ਅਸੀਂ ਨਵਨੀਤ ਮਾਈਨ ਮੇਕਰ ਇਸ ਰੀਜਨ ਦੇ ਨਾਲ ਜੁਆਇਨ ਕੀਤਾ, ਬਟ ਤਵਲੀਨ ਦਾ ਕੀ ਕਹਿਣਾ ਨਵਨੀਤ ਮਾਈਨ ਮੇਕਰ ਬਾਰੇ? ਜੀ ਜਾਣਦੇ ਹਾਂ ਤਵਲੀਨ ਤੋਂ ਹੀ। Hi friends, I'm Tavleen and I have joined Navneet's Mind Maker because I feel it's the best option in my hometown. It gives the best options in SPP colleges which are important for the students who wishes to go abroad to study. And I don't feel any regrets in my life to join this institute because I feel the opportunities, the options, the choices they give us is the best and nobody can give that. So I'm very satisfied with my choice and I have got really good band score in this institute. ਫੈਸਿਲਿਟੀਜ਼ ਦੇ ਰਹੇ ਜੀ ਨਵਨੀਤ ਮਾਈਂਡ ਮੇਕਰ ਆਪਣੇ ਸਟੂਡੈਂਟ ਨੂੰ, ਉਹਨਾਂ 'ਚ ਇੱਕ ਫੈਸਿਲਿਟੀ ਜੀ ਟਰਾਂਸਪੋਰਟੇਸ਼ਨ ਦੀ ਵੀ ਹੈ। ਤੁਸੀਂ ਦੇਖ ਸਕਦੇ ਹੋ ਕਿ ਨਵਨੀਤ ਮਾਈਂਡ ਮੇਕਰ ਵੱਲੋਂ ਇੱਕ ਬੱਸ ਚਲਾਈ ਗਈ ਹੈ ਜੋ ਕਿ 25-30 ਕਿਲੋਮੀਟਰ ਤੱਕ ਦਾ ਸਫ਼ਰ ਤੈਅ ਕਰਕੇ ਉਹਨਾਂ ਸਟੂਡੈਂਟਸ ਨੂੰ ਆਪਣੇ ਸੈਂਟਰ ਦੇ ਵਿੱਚ ਲੈ ਕੇ ਆਉਂਦੀ ਹੈ ਜਿਹੜੇ ਕਿ ਐਜੂਕੇਸ਼ਨ ਪ੍ਰਾਪਤ ਕਰਨਾ ਚਾਹੁੰਦੇ ਨੇ, ਬਟ ਇਹ ਬੱਸ ਸਰਵਿਸ ਟੋਟਲੀ ਫ੍ਰੀ ਹੈ। ਫਿਰ ਚਾਹੇ ਗੱਲ ਆਲਸ ਦੀ ਹੋਵੇ ਅਤੇ ਚਾਹੇ ਹੋਵੇ ਵੀਜ਼ਾਸ ਦੀ, ਨਵਦੀਪ ਨੇ ਹਰੇਕ ਜਗ੍ਹਾ ਨੂੰ ਬੈਸਟ ਰਿਜ਼ਲਟ ਦਿੱਤਾ। ਦੈਟਸ ਵਾਈ ਸਟੂਡੈਂਟ ਚੂਜ਼ ਕਰਦੇ ਨੇ ਆਪਣੀ ਪਹਿਲੀ ਪਸੰਦ ਦੇ ਜ਼ਰੀਏ ਜੀ ਨਵਨੀਤ ਮਾਈਂਡ ਮੇਕਰ ਨੂੰ। ਜੀ ਇੱਥੋਂ ਦੇ ਐਮ ਜੀ ਨਾਲ ਗੱਲਬਾਤ ਕਰਦੇ ਹਾਂ ਜੀ, ਜਾਣਦੇ ਹਾਂ ਉਹਨਾਂ ਦਾ ਕੀ ਕਹਿਣਾ ਆਪਣੇ ਨਵਨੀਤ ਮਾਈਂਡ ਮੇਕਰ ਬਾਰੇ। ਹੈਲੋ ਫਰੈਂਡਸ, ਮਾਈ ਨੇਮ ਇਜ਼ ਨਵਨੀਤ ਐਂਡ ਆਮ ਦਾ ਡਾਇਰੈਕਟਰ ਐਕਡੈਮਿਕ ਆਫ ਨਵਨੀਤਸ ਮਾਈਂਡ ਮੇਕਰ। ਆਰ ਔਰਗਨਾਈਜੇਸ਼ਨ ਇਜ਼ ਨੋਨ ਫਾਰ ਟੂ ਥਿੰਗਸ, ਦ ਕੁਆਲਿਟੀ ਆਫ ਟਿਊਸ਼ਨ and the results. So if your target is to get the best training of IELTS and you really wish to score the highest band scores, then come and join Navneet's Mind Maker and feel the difference. My dear students, you must remember three things very clearly. Your money is precious, your time is important, and of course your efforts are valuable. And for this, you need to be with the right people at the right place. And Navneet's Mind Maker is the place for you to excel. So, come, join, learn, score, and succeed. And our vision is your better future, and we are committed to provide you quality education. Thank you very much. ਸੋ ਜਿੱਥੇ ਇੰਨੇ ਸਾਰੇ ਅਵਾਰਡਸ ਦੇ ਸਰਟੀਫਿਕੇਟ ਨੇ ਨਵਨੀਤ ਮਾਈਂਡ ਮੇਕਰ ਵੱਲੋਂ, ਮੈਨੂੰ ਲੱਗਦਾ ਕਿ ਸਾਡਾ ਅਵਾਰਡ ਵੀ ਇਹਨਾਂ ਲਈ ਜਾਣਾ ਚਾਹੀਦਾ। ਕਿਉਂ ਜੀ, ਦੇ ਦੀਏ ਨਵਨੀਤ ਮਾਈਂਡ ਮੇਕਰ ਨੂੰ ਆਪਣਾ ਬੈਸਟ ਅਵਾਰਡ। ਚੂਜ਼ ਕੀਤਾ ਆਪਣੇ ਅਵਾਰਡ ਦੇ ਲਈ ਲਹਿਰੀ ਚੌਂਕ, ਜੀ ਟੀ ਰੋਡ, ਖੰਨਾ ਵਿਖੇ ਅਰੋੜਾ ਬੇਕਰੀ, ਜਿੱਥੇ ਪੇਸਟਰੀ ਪੈਟੀਜ਼ ਦੇ ਨਾਲ ਨਾਲ ਆਲ ਕਾਇੰਡ ਆਫ ਬੇਕਰੀ ਆਈਟਮਸ ਨਾਲ ਡੀਲ ਕੀਤਾ ਜਾਂਦਾ ਹੈ। ਬਟ ਕਿਹੋ ਜਿਹਾ ਟੇਸਟ ਦੇ ਫੂਡ ਹੈ ਅੰਦਰ ਚੱਲ ਕੇ ਪਤਾ ਚੱਲੇਗਾ, ਅਤੇ ਡੀਲਿੰਗ ਵਿੱਚ ਕਿਸ ਤਰ੍ਹਾਂ ਦੀ ਕੁਆਲਿਟੀ ਹੈ। ਸਕਦੇ ਹੋ ਕਿੰਨੇ ਕੁ ਜ਼ਿਆਦਾ ਖੂਬਸੂਰਤ ਕੇਕ ਹੈ ਜਿਹੜੇ ਕਿ ਅਰੋੜਾ ਬੇਕਰੀ 'ਤੇ ਡਿਲੀਵਰ ਕਰਵਾਇਆ ਜਾਂਦਾ ਨੇ। ਕੋਈ ਵੀ ਓਕੇਜ਼ਨ ਹੋਵੇ ਤੁਸੀਂ ਸੈਲੀਬ੍ਰੇਟ ਤਾਂ ਕਰਨੀ ਜ਼ਰੂਰ ਹੈ, ਅਤੇ ਕੇਕ ਬਹੁਤ ਇੰਪੋਰਟੈਂਟ ਰੋਲ ਅਦਾ ਕਰਦਾ ਇਸ ਚੀਜ਼ ਨੂੰ ਲੈ ਕੇ ਜੀ। ਐਗਲੈਸ ਅਰੋੜਾ ਬੇਕਰੀ ਪ੍ਰੋਪਰ ਐਗਲੈਸ ਹੈ ਜੀ, ਕਿਸੇ ਵੀ ਤਰ੍ਹਾਂ ਦਾ ਐਗ ਯੂਜ਼ ਨਹੀਂ ਹੁੰਦਾ ਜੀ ਇਹਨਾਂ ਦੇ ਮੈਨੂਫੈਕਚਰਿੰਗ ਦੇ ਵਿੱਚ। ਹਰੇਕ ਚੀਜ਼ ਨਾਲ ਰਿਲੇਟਡ ਇਹਨਾਂ ਦੀ ਮੈਨੂਫੈਕਚਰਿੰਗ ਹੁੰਦੀ ਹੈ। ਈਵਨ ਕਿ ਕੇਕ ਤੋਂ ਅੱਗੇ ਜੇ ਨੈਕਸਟ ਸਟੈਪ 'ਤੇ ਆਉਂਦੇ ਹਾਂ ਜੀ, ਪੇਸਟਰੀਜ਼ ਕਈਆਂ ਨੂੰ ਬਹੁਤ ਜ਼ਿਆਦਾ ਪਸੰਦ ਹੁੰਦੀਆਂ ਨੇ, ਤੁਸੀਂ ਪੇਸਟਰੀਜ਼ ਟਰਾਈ ਕਰ ਸਕਦੇ ਹੋ। ਅਲਟੀਮੇਟ ਟੇਸਟ ਇਹਨਾਂ ਵੱਲ ਡਿਲੀਵਰ ਕੀਤਾ ਗਿਆ, ਨਾਲ ਦੀ ਨਾਲ ਬਰਾਊਨੀਜ਼, ਰੋਲਸ, ਪੇਸਟਰੀਜ਼, ਪੁਡਿੰਗ, ਈਵਨ ਕਿ ਹਰੇਕ ਚੀਜ਼ ਇਹਨਾਂ ਵੱਲੋਂ ਤੁਹਾਨੂੰ ਇੰਟਰੋਡਿਊਸ ਕਰਵਾਈ ਗਈ ਹੈ। ਔਰ ਖਾਸ ਗੱਲ, ਅੱਜ ਕੱਲ੍ਹ ਲੋਕਾਂ ਨੂੰ ਫਾਸਟ ਫੂਡ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਫਾਸਟ ਫੂਡ ਦੇ ਵਿੱਚ ਵੀ ਇਹਨਾਂ ਕੋਲ ਡਿਫਰੈਂਟ ਆਈਟਮਸ ਹੈ ਜਿਹੜੀਆਂ ਕਿ ਤੁਸੀਂ ਅਰੋੜਾ ਬੇਕਰੀ ਖੰਨਾ ਵਿਖੇ ਆ ਕੇ ਟਰਾਈ ਕਰ ਸਕਦੇ ਹੋ। ਮਾਰੋ ਇੱਕ ਨਜ਼ਰ ਅਤੇ ਮੈਂ ਦੇਖਦੀ ਹਾਂ ਹੋਰ ਕੀ ਕੁਝ ਖਾਸ ਹੈ ਜੀ ਇਹਨਾਂ ਦੇ ਕੋਲ। ਜ਼ਿਆਦਾ ਖੂਬਸੂਰਤ ਗਿਫਟ ਹੈ ਜੀ, ਕਿਹਨੂੰ ਗਿਫਟ ਕਰਨਾ ਚਾਹੋਗੇ? ਆਪਣੇ ਮਦਰ ਨੂੰ, ਫਾਦਰ ਨੂੰ, ਆਪਣੇ ਬੁਆਏਫ੍ਰੈਂਡ ਨੂੰ, ਲਵਰ ਨੂੰ, ਜਾਂ ਫਿਰ ਆਪਣੀ ਸਿਸਟਰ ਨੂੰ? ਦੇਖ ਸਕਦੇ ਹੋ ਕਿ ਹਰੇਕ ਚੀਜ਼ ਇਹਨਾਂ ਕੋਲ ਅਵੇਲੇਬਲ ਹੈ, ਅਤੇ ਚਾਹੇ ਤੁਸੀਂ ਗਿਫਟ ਆਈਟਮਸ ਲੈਣੀ ਹੋਵੇ ਕਿਸੇ ਨੂੰ ਦੇਣ ਦੇ ਲਈ, ਘਰ ਦੇ ਵਿੱਚ ਰੋਜ਼ਾਨਾ ਡੀਲ ਦੇ ਵਿੱਚ ਤੁਸੀਂ ਬਿਸਕਿਟਸ ਵੀ ਲੈ ਸਕਦੇ ਹੋ, ਔਰ ਬਿਸਕਿਟ ਦੀ ਮੈਨੂਫੈਕਚਰਿੰਗ ਵੀ ਇਹਨਾਂ ਦੀ ਖੁਦ ਆ। ਫੇਮਸ ਹੈ ਜੀ ਖੰਨਾ ਦੇ ਵਿੱਚ ਅਰੋੜਾ ਬੇਕਰੀ ਆਪਣੀ ਮੈਨੂਫੈਕਚਰਿੰਗ ਦੇ ਕਾਰਨ ਹੀ। ਤੁਸੀਂ
ਕੀ ਸੋਚ ਰਹੇ ਜੀ ਪ੍ਰਿਯੰਕਾ ਕਿਤੇ ਬਰਗਰ ਤਾਂ ਨਹੀਂ ਬਣਾਉਣ ਲੱਗੇ? ਬਿਲਕੁਲ ਨਹੀਂ ਜੀ, ਮੈਂ ਤਾਂ ਅਰੋੜਾ ਬੇਕਰੀ ਦੀ ਕਿਚਨ ਚੈੱਕ ਕਰ ਰਹੀ ਸੀ ਕਿ ਹਾਈਜੀਨਿਕ ਹੈ ਕਿ ਨਹੀਂ ਹੈ। ਬਿਲਕੁਲ ਜੀ, ਟੋਟਲੀ ਹਾਈਜੀਨਿਕ ਕਿਚਨ ਹੈ ਜੀ। ਨਾਲ ਦੀ ਨਾਲ ਮੈਂ ਤੁਹਾਨੂੰ ਦੱਸਾਂ, ਕੋਈ ਵੀ ਓਕੇਜ਼ਨ ਸੈਲੀਬ੍ਰੇਟ ਕਰਨੀ ਹੋਵੇ, ਲੋਕ ਅਰੋੜਾ ਬੇਕਰੀ ਦਾ ਸਮਾਨ ਘਰੇ ਲੈ ਜਾਣਾ ਬਿਲਕੁਲ ਨਹੀਂ ਭੁੱਲਦੇ, ਕਿਉਂਕਿ ਉਹਨਾਂ ਨੂੰ ਇੱਥੋਂ ਦਾ ਟੇਸਟ ਬਹੁਤ ਜ਼ਿਆਦਾ ਡਿਫਰੈਂਟ ਲੱਗਦਾ। ਫਾਈਨਲੀ ਅਰੋੜਾ ਬੇਕਰੀ ਦੇ ਓਨਰ ਮਨਪ੍ਰੀਤ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ, ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਸਰ। ਮਨਪ੍ਰੀਤ ਜੀ, ਸਭ ਤੋਂ ਪਹਿਲਾਂ ਇਹ ਦੱਸੋ, ਅਰੋੜਾ ਬੇਕਰੀ ਕਦੋਂ ਤੋਂ ਫੇਮਸ ਹੈ ਖੰਨੇ ਵਿਖੇ? ਐਕਚੁਅਲੀ ਪਹਿਲਾਂ ਸਾਡਾ ਹੋਲਸੇਲ ਦਾ ਕੰਮ ਸੀਗਾ, ਮੇਰੇ ਦਾਦਾ ਜੀ ਨੇ ਅੱਜ ਤੋਂ 35 ਈਅਰਸ ਪਹਿਲਾਂ ਮਤਲਬ ਕੰਮ ਸ਼ੁਰੂ ਕੀਤਾ ਸੀਗਾ। ਸਟਾਰਟਿੰਗ ਸਾਡੀ ਜਸਟ ਬਿਸਕਿਟਸ ਨਾਲ ਹੋਈ ਸੀਗੀ, ਜਿਵੇਂ ਜਿਵੇਂ ਮਤਲਬ ਕੰਮ ਕਰੀ ਗਏ ਵਿੱਚ ਪਈ ਗਏ, ਹੌਲੀ ਹੌਲੀ ਕੇਕ ਪੇਸਟਰੀ ਦਾ ਕੰਮ ਸ਼ੁਰੂ ਕੀਤਾ, ਫਿਰ ਸਨੈਕਸ ਦਾ, ਫਿਰ ਇਸ ਬਾਅਦ 'ਚ ਮਨ 'ਚ ਆਇਆ ਵੀ ਹੋਲਸੇਲ ਤੋਂ ਹੁਣ ਕੰਮ ਵਧਾਈਏ, ਰਿਟੇਲ ਦਾ ਕੰਮ ਕਰੀਏ। ਦੈਨ ਫਿਰ ਪਾਪਾ ਉਹਨਾਂ ਨੇ ਇੱਧਰ ਸ਼ੌਪ ਕੀਤੀ। ਕਿਹੜੀ ਖਾਸੀਅਤ ਜਿਹੜੀ ਲੋਕਾਂ ਨੂੰ ਆਪਣੇ ਬਹੁਤ ਵਧੀਆ ਨੇ, ਮਤਲਬ ਜਿਨ੍ਹਾਂ ਨਾਲ ਲੋਕੀ ਬਹੁਤ ਜ਼ਿਆਦਾ, ਤੁਸੀਂ ਲਾ ਲਓ 90% ਸਾਡੇ ਕੇਕਸ ਕਰਕੇ ਕਸਟਮਰ ਸਾਡੇ ਨਾਲ ਜੁੜੇ। ਅੱਜ ਕੱਲ੍ਹ ਕਿਸ ਚੀਜ਼ ਨੂੰ ਲੈ ਕੇ ਜ਼ਿਆਦਾ ਫੇਮਸ ਹੋ ਅਤੇ ਡੀਲ ਕਰ ਰਹੇ ਹਾਂ? ਅੱਜ ਕੱਲ੍ਹ ਅਸੀਂ ਸਨੈਕਸ ਸ਼ੁਰੂ ਕੀਤੇ, ਸਨੈਕਸ ਚੀਜ਼ ਬਸ ਪੀਜ਼ਾ ਹੋ ਗਿਆ, ਹੋਰ ਬਹੁਤ ਟਾਈਪ ਦੇ ਸਨੈਕਸ ਨੇ, ਚੀਜ਼ ਕਬਾਬ ਹੋ ਗਿਆ, ਸਟਫ ਪੀਜ਼ਾ ਹੋ ਗਿਆ, ਉਹਦੇ ਨਾਲ ਵੀ ਕਸਟਮਰ ਬਹੁਤ ਲਾਈਕ ਕਰ ਰਿਹਾ। ਕੀ ਫਿਊਚਰ ਦੇ ਵਿੱਚ ਕੋਈ ਹੋਰ ਪਲਾਨ ਆ ਅਰੋੜਾ ਬੇਕਰੀ ਦਾ, ਨਵੀਂ ਬ੍ਰਾਂਚ ਦਾ ਜਾਂ ਸਮਥਿੰਗ ਲਾਈਕ? ਹਾਂਜੀ ਹਾਂਜੀ, ਦੇਖ ਰਹੇ ਹਾਂ ਬ੍ਰਾਂਚ ਕਿਤੇ ਹੋਰ ਵੀ ਰਹਾਂਗੇ ਜਿਸ ਹਿਸਾਬ ਨਾਲ ਕਸਟਮਰ ਦੇ ਉੱਪਰ ਹੀ। ਥੈਂਕ ਯੂ ਆਂਟੀ ਜੀ। ਸੋ ਦਰਸ਼ਕੋ, ਜੇਕਰ ਤੁਸੀਂ ਸਨੈਕਸ ਟਰਾਈ ਕਰਨੇ ਹੋ ਜਾਂ ਕਰਨੇ ਹੋ ਰੋਲਸ ਟਰਾਈ ਜਾਂ ਵੀ ਕਰਨਾ ਹੋਵੇ ਮਿੱਠੇ ਦੇ ਵਿੱਚ ਕੇਕ ਜਾਂ ਬਸ ਕਰਦੀਆਂ ਕੁਛ ਵੀ ਲੈਣਾ ਆਪਣੇ ਪਰਿਵਾਰ ਦੇ ਲਈ ਜਿਹੜਾ ਕਿ ਜਿਹਨੂੰ ਤੁਹਾਨੂੰ ਸੂਟ ਕਰੇ ਤੁਹਾਡੀ ਹੈਲਥ ਦੇ ਨਾਲ ਨਾਲ, ਜੀ ਹਾਂ, ਤੁਸੀਂ ਫਾਈਨਲੀ ਆ ਸਕਦੇ ਹੋ ਅਰੋੜਾ ਬੇਕਰੀ ਵਿਖੇ, ਅਤੇ ਮੈਂ ਵੀ ਆਪਣੇ ਅਵਾਰਡ ਦੇ ਨਾਲ ਕਰ ਰਿਹਾ ਜੀ ਇਹਨਾਂ ਨੂੰ ਸਨਮਾਨਿਤ। ਪਹਿਲਾਂ ਤਾਂ ਅੰਗਰੇਜ਼ੀ ਅਖਬਾਰ ਨੂੰ ਦੇਖ ਕੇ ਵੀ ਲੱਗਦਾ ਸੀ ਡਰ, ਪਰ ਹੁਣ ਤਾਂ ਆਪਾਂ ਪੜ੍ਹੀ ਦਾ ਅੰਗਰੇਜ਼ੀ ਅਖਬਾਰ ਨਜ਼ਾਰੇ ਨਾਲ, ਕਿਉਂਕਿ ਬ੍ਰਿਲਸ ਐਕਸਪ੍ਰੈਸ ਨੇ ਬਣਾ ਦਿੱਤਾ ਅੰਗਰੇਜ਼ੀ ਅਖਬਾਰ ਨੂੰ ਪੜ੍ਹਨਾ ਬਹੁਤ ਹੀ ਆਸਾਨ। ਬ੍ਰਿਲਸ ਐਕਸਪ੍ਰੈਸ ਦੁਨੀਆ ਦਾ ਪਹਿਲਾ ਐਸਾ ਅਖਬਾਰ ਜਿਸ ਵਿੱਚ ਹਰੇਕ ਖਬਰ ਦੇ ਨਾਲ ਛਪਦੀ ਹੈ ਉਸਦੀ ਹਿੰਦੀ ਟ੍ਰਾਂਸਲੇਸ਼ਨ। ਬ੍ਰਿਲਸ ਐਕਸਪ੍ਰੈਸ, ਪੜ੍ਹੋ ਅੰਗਰੇਜ਼ੀ ਖਬਰਾਂ ਹਿੰਦੀ ਟ੍ਰਾਂਸਲੇਸ਼ਨ ਦੇ ਨਾਲ। ਕੀ ਤੁਸੀਂ ਮੋਟਾਪੇ ਤੋਂ ਪਰੇਸ਼ਾਨ ਹੋ? ਕੀ ਤੁਸੀਂ ਮੋਟਾਪੇ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਪਰੇਸ਼ਾਨ ਹੋ? ਤਾਂ ਅੱਜ ਹੀ ਮਿਲੋ ਸਿੰਗਲਾ ਸਲਿਮਿੰਗ ਕਲੀਨਿਕ, ਵਿਦਾਊਟ ਐਕਸਰਸਾਈਜ਼, ਵਿਦਾਊਟ ਮੈਡੀਸਿਨ, ਵਿਦਾਊਟ ਐਨੀ ਸਾਈਡ ਇਫੈਕਟਸ। ਇੱਕ ਮਹੀਨੇ ਵਿੱਚ 5 ਤੋਂ 12 ਕਿਲੋ ਘਟਾਓ ਅਤੇ ਮੋਟਾਪੇ ਤੋਂ ਛੁਟਕਾਰਾ ਪਾਓ। ਇਹ ਕਲੀਨਿਕ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਵੀ ਉਪਲਬਧ ਹੈ। ਸਿੰਗਲਾ ਸਲਿਮਿੰਗ ਕਲੀਨਿਕ।